ਵੇਖੇ ਉਹ ਵੀ ਮੇਰੇ ਪਿਓ ਨੇ ਬਣਾਇਆ ਸੀ ਤੇ ਵੇਖੇ ਹੁਣ ਕਦੇ ਆਪਣਾ ਮਕਾਨ ਬਣਵਾਉਣ ਦੀ ਫਰਮਾਇਸ਼ ਨਾ ਪਾ ਦੇਈ ਪੰਜ ਸਾਲ ਬਾਹਰ ਨਹੀਂ ਨਿਕਲੇਗਾ ਭਾਵੇਂ ਅੰਗੀਠੀ ਬਣਵਾਉਣੀ ਪਵੇ ਮੈਂ ਕਿਹਾ ਮਿਸ ਡੈਡੀ ਕਿਤਨੇ ਤੇਰੇ ਮਾਮੇ ਡੈਡੀ ਕਿਦਰੇ ਉਹ ਨਾ ਹੋਵੇ ਕਿ ਆ ਕੇ ਕਹਿੰਦੇ ਸਾਡੀ ਕੁੜੀ ਦੇ ਕੰਨ ਠੀਕ ਕਰ ਨਹੀਂ ਤੇ ਪੈਸੇ ਮੋੜ ਅਸਲਾਮ ਅਲੈਕੁਮ ਨਾਜ਼ਰੀਨ ਮੈਂ ਤਾਹਿਰ ਬੁਖਾਰੀ ਪ੍ਰੋਗਰਾਮ ਦਰਖਸ਼ਾਂ ਸਿਤਾਰੇ ਕੇ ਸਾਥ ਹਾਜ਼ਰ ਹੂੰ ਆਪ ਦੇਖ ਰਹੇ ਹੈ ਫਿਰੋਜ਼ਾ ਨਿਊਜ਼ ਆਜ ਮੈਂ ਬਾਤ ਕਰੂੰਗਾ ਇੱਕ ਅਜ਼ੀਮ ਫਨਕਾਰ ਸ਼ਹਿਨਸ਼ਾਹ ਜ਼ਰਾਫਤ ਮੁਨੱਵਰ ਜ਼ਰੀਫ ਕੇ ਹਵਾਲੇ ਸੇ ਜਿਨ੍ਹਾਂ ਆਪਣੀ ਜ਼ਿੰਦਗੀ ਕੀ ਸਿਰਫ 36 ਬਹਾਰੇ ਦੇਖੀ ਤਾਹਮ ਵੋ ਆਪਣੀ ਲਾਜ਼ਵਾਲ ਕਿਰਦਾਰ ਨਿਗਾਰੀ ਕੀ ਬਦੌਲਤ ਫਨ ਕੇ ਅਸਮਾਨ ਪਰ ਜਗਮਗਾਏ ਮੁਨੱਵਰ ਜ਼ਰੀਫ 25 ਦਸੰਬਰ 1940 ਕੋ ਗੁਜਰਾਂਵਾਲਾ ਮੇਂ ਪੈਦਾ ਹੋਏ ਉਨਕੇ ਵਾਲਦ ਅਬਦੁਲ ਹੱਕ ਰੇਲਵੇ ਮੇਂ ਮੁਲਾਜ਼ਮ ਥੇ ਮੁਨੱਵਰ ਜ਼ਰੀਫ 5 ਭਾਈਓ ਮੇਂ ਤੀਸਰੇ ਨੰਬਰ ਪਰ ਥੇ ਉਨਕੇ ਬੜੇ ਭਾਈ ਜ਼ਰੀਫ ਫਿਲਮੀ ਸਰੰਤ ਕੇ ਬੁਲੰਦ ਪਾਇਆ ਫਨਕਾਰ ਥੇ ਜਿਨ੍ਹਾਂ ਨੇ ਕਾਮੇਡੀ ਕਾ ਟ੍ਰੈਂਡ ਤਬਦੀਲ ਕੀਆ ਦੂਸਰੇ ਨੰਬਰ ਪਰ ਅਦਾਕਾਰ ਮੁਨੀਰ ਜ਼ਰੀਫ ਔਰ ਚੌਥੇ ਨੰਬਰ ਪਰ ਮਜੀਦ ਜ਼ਰੀਫ ਔਰ ਪੰਜਵੇਂ ਨੰਬਰ ਪਰ ਰਸ਼ੀਦ ਜ਼ਰੀਫ ਥੇ ਜ਼ਰੀਫ ਕੇ ਚਾਰੋਂ ਭਾਈਓ ਨੇ ਅਦਾਕਾਰੀ ਕੇ ਜੋਹਰ ਦਿਖਾਏ ਤਾਹਮ ਮੁਨੱਵਰ ਜ਼ਰੀਫ ਸਹੀ ਮਾਨੋ ਮੇਂ ਉਨਕੇ ਜਾਨਨਸ਼ੀਨ ਸਾਬਤ ਹੋਏ ਔਰ ਉਨ੍ਹੋਨੇ ਜ਼ਰੀਫ ਕੇ ਅਸਰੂਬੇ ਫਨ ਕੋ ਅਪਣਾ ਕਰ ਮਕਾਮ ਔਰ ਨਾਮ ਹਾਸਿਲ ਕੀਆ ਮੁਨੱਵਰ ਜ਼ਰੀਫ ਨੇ ਸਿਰਫ ਮੈਟ੍ਰਿਕ ਤੱਕ ਤਾਲੀਮ ਹਾਸਿਲ ਕੀ ਉਨ੍ਹੋਨੇ ਇੰਪ੍ਰੈਸ ਰੋਡ ਲਾਹੌਰ ਪਰ ਵਾਕਿਆ ਮੁਸਲਿਮ ਲੀਗ ਹਾਈ ਸਕੂਲ ਮੇਂ ਮੈਟ੍ਰਿਕ ਪਾਸ ਕੀਆ ਵੋ ਆਪਣੇ ਬੜੇ ਭਾਈ ਜ਼ਰੀਫ ਕੇ ਸਾਥ ਅਕਸਰ ਸਟੂਡੀਓ ਜਾਇਆ ਕਰਤੇ ਥੇ ਔਰ ਉਨ੍ਹੇ ਦੇਖ ਕਰ ਮੁਨੱਵਰ ਜ਼ਰੀਫ ਕੋ ਵੀ ਅਦਾਕਾਰੀ ਕਾ ਸ਼ੌਕ ਪੈਦਾ ਹੁਆ ਇਨ੍ਹੇ ਪਹਿਲੀ ਵਾਰ ਹਦਾਇਤਕਾਰ ਇਫਤਖਾਰ ਮਲਕ ਨੇ ਆਪਣੀ ਪੰਜਾਬੀ ਫਿਲਮ ਡੰਡੀਆਂ ਮੇਂ ਕਾਸਟ ਕੀਆ ਜਿਸ ਮੇਂ ਅਦਾਕਾਰ ਅਸਲਮ ਪਰਵੇਜ਼ ਔਰ ਯਾਸਮੀਨ ਮੇਂ ਮਰਕਜ਼ੀ ਕਿਰਦਾਰ ਅਦਾ ਕੀਏ ਔਰ ਇਹ ਫਿਲਮ 16 ਜੂਨ 1961 ਕੋ ਨੁਮਾਇਸ਼ ਪਜ਼ੀਰ ਹੋਈ ਇਸਕੇ ਬਾਅਦ ਹਦਾਇਤਕਾਰ ਅਸਲਮ ਇਰਾਨੀ ਨੇ ਯਕੇ ਬਾਅਦ ਦੀਗਰੇ ਇਹਨੇ ਆਪਣੀ 3-4 ਫਿਲਮਾਂ ਮੇਂ ਕਾਸਟ ਕੀਆ ਇਨ ਮੇਂ 26 ਫਰਵਰੀ 1963 ਮੇਂ ਰਿਲੀਜ਼ ਹੋਣੇ ਵਾਲੀ ਫਿਲਮ ਮੌਜ ਮੇਲਾ ਮੇਂ ਉਨ੍ਹੋਨੇ ਜ਼ਰੀਫ ਕੀ ਯਾਦ ਤਾਜ਼ਾ ਕਰ ਦੀ ਫਿਲਮੀ ਸ਼ਾਇਕੀਨ ਯੂੰ ਮਹਿਸੂਸ ਕਰਨੇ ਲਗੇ ਜੈਸੇ ਇਹ ਕਿਰਦਾਰ ਜ਼ਰੀਫ ਨੇ ਅਦਾ ਕੀਆ ਹੋ ਤਾਹਮ ਇਹਨੇ ਅਸਲ ਸ਼ੋਹਰਤ ਫਿਲਮ ਹੱਥ ਜੋੜੀ ਸੇ ਮਿਲੀ ਇਸਕੇ ਬਾਅਦ ਉਨ੍ਹੋਨੇ ਅਸਲਮ ਇਰਾਨੀ ਕੀ ਇੱਕ ਫਿਲਮ ਪਿਲਪਲੀ ਸਾਹਿਬ ਮੇਂ ਬਿਹਤਰੀਨ ਕਿਰਦਾਰ ਨਿਗਾਰੀ ਕੀ ਅਗਲੇ ਬਰਸ ਉਨਕੀ ਇੱਕ ਔਰ ਫਿਲਮ ਭਰਿਆ ਮੇਲਾ ਰਿਲੀਜ਼ ਹੋਈ ਇਸਕੀ ਡਾਇਰੈਕਸ਼ਨ ਵੀ ਅਸਲਮ ਇਰਾਨੀ ਨੇ ਦੀ ਥੀ ਇਸਮੇਂ ਮੀਨਾ ਦੂਰਬੀਨ ਕਾ ਰੋਲ ਬਹੁਤ ਮਕਬੂਲ ਹੁਆ ਮੁਨੱਵਰ ਜ਼ਰੀਫ ਕੀ ਸ਼ੋਹਰਤ ਕੇ ਬਾਅਦ ਫਿਲਮ ਸਾਜ਼ੋ ਨੇ ਮੁਨੱਵਰ ਜ਼ਰੀਫ ਔਰ ਰੰਗੀਲੇ ਕੋ ਇੱਕ ਸਾਥ ਕਾਸਟ ਕਰਨਾ ਸ਼ੁਰੂ ਕਰ ਦਿਆ ਔਰ ਉਨ ਦੋਨੋਂ ਕੀ ਜੋੜੀ ਬਹੁਤ ਮਕਬੂਲ ਹੋਈ ਤੁਮ ਹੈਗਾ ਮੁਝੇ ਨਹੀਂ ਤੁਮ ਵੋ ਹੋ ਗਏ ਹੈ ਜਿਨ੍ਹੇ ਤੁਮ ਢੂੰਢਨੇ ਆਏ ਔਰ ਵੋ ਸ਼ਿਮਲਾ ਪਹਾੜੀ ਕੀ ਚੋਟੀ ਪਰ ਬੈਠ ਕਰ ਰੰਗੀਨ ਵਾਦੀਓ ਮੇਂ ਖੋ ਗਏ ਔਰ ਨਾਇਕਾ ਨੀਚੇ ਬਹਿਰਾ ਦੇ ਰਹੀ ਔਰ ਮੈਂ ਯਹਾਂ ਖਜਲ ਖਵਾਰ ਹੋ ਰਹਾ ਅਬੇ ਹਨੂਮਾਨ ਕੇ ਬੱਚੇ ਇਸਕਾ ਮਤਲਬ ਯੇ ਹੈ ਕਿ ਤੂਨੇ ਮੇਰੇ ਆਨੇ ਸੇ ਪਹਿਲੇ ਆਪਣਾ ਨਮਕ ਹਲਾਲ ਕਰ ਦਿਆ ਹੈ ਹਾਂ ਸਨ 1972 ਤੱਕ ਮੁਨੱਵਰ ਜ਼ਰੀਫ ਲਾਤਾਦਾਦ ਫਿਲਮੋਂ ਮੇਂ ਕਾਮੇਡੀ ਰੋਲ ਅਦਾ ਕਰ ਚੁਕੇ ਥੇ ਸ਼ੂਟਿੰਗ ਕੇ ਦੌਰਾਨ ਬਰਜਿਸਤਾ ਮੁਕਾਲਮੇ ਬੋਲਨੇ ਕੇ ਮੁਨਫਰਦ ਅਸਲੂਬ ਨੇ ਮੁਨੱਵਰ ਜ਼ਰੀਫ ਕੋ ਇੱਕ ਅਲੱਗ ਪਹਿਚਾਨ ਦੀ ਵੋ ਡਾਇਲੋਗ ਡਿਲੀਵਰੀ ਵੀ ਰਿਦਮ ਕੇ ਸਾਥ ਕਰਤੇ ਥੇ ਮੁਨੱਵਰ ਜ਼ਰੀਫ ਨੇ ਕਾਮੇਡੀ ਕੀ ਨਈ ਜਹਤੇ ਮੁਤਾਰਫ ਕਰਾਈ ਜਿਨ ਕੀ ਬਦੌਲਤ ਫਿਲਮ ਬੀਨ ਉਨਕੇ ਸਹਿਰ ਮੇਂ ਮੁਬਤਲਾ ਹੋ ਗਏ ਔਰ ਯੂੰ ਮੁਨੱਵਰ ਜ਼ਰੀਫ ਕਾ ਜਾਦੂ ਸਰ ਚੜ੍ਹ ਕਰ ਬੋਲਨੇ ਲਗਾ ਕਿਉਂ ਹੈ ਔਰ ਤੂੰ ਮੇਰੇ ਕੋਲ ਪੁੱਛ ਕੇ ਇਸ ਪਿੰਡ ਵਿੱਚ ਦਾਖਲ ਹੋਇਆ ਮੈਂ ਕਿਹਾ ਜੀ ਗੱਲ ਦਾਖਲ ਹੁੰਦੀ ਹੈ ਨਾ ਤੁਸੀਂ ਮੈਨੂੰ ਨਾ ਪੁੱਛੋ ਤੇ ਜਾਓ ਜਾ ਕੇ ਹਸਪਤਾਲ ਹੀ ਦਾਖਲ ਹੋ ਜਾਓ ਮੈਨੂੰ ਕੀ ਇਤਰਾਜ਼ ਹੈ ਉਹ ਕੀ ਬਕਵਾਸ ਕੀਤੀ ਹੈ ਅੱਛੀ ਗੱਲ ਹੈ ਬਈ ਮੈਂ ਕਿਹਾ ਤੂੰ ਹਸਪਤਾਲ ਕਿੰਨਾ ਕੁ ਦੂਰ ਹੈ ਹਾਂ ਹਸਪਤਾਲ ਤੇ ਮੈਂ ਤੈਨੂੰ ਪਹੁੰਚਾਵਾਂਗਾ ਠਹਿਰ 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 ਮੈਂ ਆਪੇ ਇਸੇ ਟੁੱਟੀ ਭੱਜੀ ਜੀਪ ਤੇ ਚਲਾ ਜਾਵਾਂਗਾ ਚੱਲ ਨਹੀਂ ਸਟਾਰਟ ਹੋ ਓਏ 1973 ਮੈਂ ਇਹਨੇ ਮਜ਼ੀਦ ਤਰੱਕੀ ਮਿਲੀ ਉਹਨੇ ਕਾਮੇਡੀਅਨ ਸੇ ਬਤੌਰ ਕਾਮੇਡੀ ਹੀਰੋ ਕਾਸਟ ਕੀਆ ਜਾਣੇ ਲਗਾ ਮੁਨੱਵਰ ਜ਼ਰੀਫ ਨੇ ਬੜੇ ਬੜੇ ਹੀਰੋਜ਼ ਕੋ ਪੀਛੇ ਛੋੜ ਦਿਆ ਇਹਨੇ ਪਹਿਲੀ ਵਾਰ ਹਦਾਇਤਕਾਰ ਸ਼ਬਾਬ ਕਿਰਾਨਵੀ ਨੇ ਆਪਣੀ ਫਿਲਮ ਪਰਦੇ ਮੇਂ ਰਹਿਨੇ ਦੋ ਕੇ ਸੈਕਿੰਡ ਹੀਰੋ ਕੇ ਕਿਰਦਾਰ ਮੇਂ ਕਾਸਟ ਕੀਆ ਜਿਸ ਕੇ ਹੀਰੋ ਰੰਗੀਲਾ ਥੇ ਇਸ ਫਿਲਮ ਮੇਂ ਮੁਨੱਵਰ ਕੇ ਸਾਥ ਜ਼ਰਕਾ ਕਾ ਪੇਅਰ ਬਣਾਇਆ ਗਿਆ ਥਾ ਇਹ ਫਿਲਮ 27 ਅਪ੍ਰੈਲ 1973 ਕੋ ਨੁਮਾਇਸ਼ ਪਜ਼ੀਰ ਹੋਈ ਇਸੀ ਸਾਲ ਬਤੌਰ ਹੀਰੋ ਇਨਕੀ ਫਿਲਮ ਬਨਾਰਸੀ ਠੱਗ ਔਰ ਜੀਰਾ ਬਲੇਡ ਸੈਨਮਾ ਘਰੋਂ ਕੀ ਜ਼ੀਨਤ ਬਣੀ ਇਨ ਫਿਲਮੋਂ ਕੀ ਕਾਮਯਾਬੀ ਨੇ ਮੁਨੱਵਰ ਜ਼ਰੀਫ ਕੋ ਸ਼ੋਹਰਤ ਕੀ ਬੁਲੰਦੀਆਂ ਪਰ ਪਹੁੰਚਾ ਦਿਆ ਔਰ ਹਰ ਫਿਲਮ ਸਾਜ਼ ਇਹਨੇ ਆਪਣੀ ਫਿਲਮ ਮੇਂ ਕਾਸਟ ਕਰਨੇ ਲਗਾ ਚੂੰਕੇ ਫਿਲਮ ਮੇਂ ਮਰਕਜ਼ੀ ਕਿਰਦਾਰ ਅਦਾ ਕਰਨੇ ਵਾਲੇ ਫਨਕਾਰ ਕੋ ਸ਼ੂਟਿੰਗ ਕੇ ਲੀਏ ਜ਼ਿਆਦਾ ਵਕਤ ਦੇਣਾ ਪੜਤਾ ਹੈ ਇਸ ਲਈ ਮੁਨੱਵਰ ਜ਼ਰੀਫ ਨੇ ਖੁਦ ਫਿਲਮ ਸਾਜ਼ੋ ਕੋ ਕਹਿਣਾ ਸ਼ੁਰੂ ਕੀਆ ਮੁਝੇ ਹੀਰੋ ਕਾਸਟ ਕਰਨੇ ਕੀ ਬਜਾਏ ਸਿਰਫ ਕਰੈਕਟਰ ਐਕਟਰ ਮੇਂ ਕਾਸਟ ਕੀਆ ਜਾਏ
उनकी ख्वाहिश थी कि वो ज्यादा से ज्यादा फिल्म साजों की फिल्मों में काम करें। मुनव्वर जरीफ ने बनारसी ठग और जीरा ब्लेड के अलावा खुशिया, बदतमीज, गामा बीए, किलकिल मेरा ना, बंदे दा पुत्तर, हीरा फुम्मन, जानो कपत्ती, चक्करबाज, हुक्म दा गुलाम और नौकर बॉटी समेत मुख्तलिफ फिल्मों में टाइटल। मुनव्वर जरीफ एक अच्छे गुलूकार भी थे। उन्होंने सिर्फ चंद फिल्मों में गीत गाए, उनमें एक हदायतकार हैदर चौधरी की फिल्म खुशिया का गीत हंस के ज़िंदगी गुजारो भी शामिल है। ताहम उनका कोई भी गीत मकबूल ना हो सका। अलबत्ता उनके बड़े भाई जरीफ का एक गाया हुआ एक गीत बुरे नसीब मेरे बहुत मकबूल हुआ। मुनव्वर जरीफ सिर्फ कॉमेडियन ही नहीं थे बल्कि उन्होंने संजीदा किरदार भी इंतहाई उमदगी से निभाए। मुनव्वर जरीफ ने एक शादी की जिनमें 3 बच्चे पैदा हुए। इनमें एक बेटा फैसल मुनव्वर जरीफ, बेटी आयशा और फायजा शामिल हैं। फैसल बच्चों में सबसे छोटे थे। उनकी पैदाइश 8 अक्टूबर 1975 को उस वक्त हुई जब मुनव्वर जरीफ हदायतकार नसीम हैदर शाह की फिल्म किलकिल मेरा ना की बारी स्टूडियो में शूटिंग कर रहे थे और उन्हें बारी स्टूडियो में लंदन से कॉल आई। वो कुछ अरसा कबल अपनी बीवी और बच्चों को लंदन छोड़कर आए थे। फैसल मुनव्वर जरीफ ने भी अपने वालिद के नक्शे कदम पर चलते हुए अदाकारी के जोहर दिखाए। इन्हें 3 फिल्मों में काम करने का मौका मिला जिनमें पुत्र मुनव्वर जरीफ था, पुत्र जीरे ब्रेड था और खोटे सिक्के शामिल थे, लेकिन उन्हें कामयाबी ना मिल सकी। मुनव्वर जरीफ ने अपने दौर के तकरीबन तमाम हदायतकारों के साथ काम किया। उनमें हदायतकार नसीम हैदर शाह उनके बारे में क्या कहते हैं, उनकी जबानी सुनिए। अस्सलाम वालेकुम, मैं हूं नसीम हैदर शाह, फिल्म डायरेक्टर। मुनव्वर ने बहुत काम किया मेरे साथ, मेरे 4 टाइटल रोल किए, बंदे दा पुत्र, हीरा फुम्मन, जानो कपत्ती, किलकिल मेरा नाम और भी फिल्में जिनमें कॉमेडियन थे। बहुत कम पैदा होते ऐसे आर्टिस्ट। कॉमेडी का एक अपना अंदाज था उसका, जो किसी में नहीं। उसकी कॉमेडी में रिदम था जिसके कुछ इंडिया के आर्टिस्ट हैं जिन्होंने कॉपी भी किया ऐसे और उनकी तारीफ भी की कि कम पैदा होते हैं, हमारे पास भी ऐसा होना चाहिए कॉमेडी। मुनव्वर जितना अच्छा आर्टिस्ट था उससे ज्यादा अच्छा इंसान भी था। आज भी कमी महसूस होती है, ऐसे लगता है अभी आएगा, कहेगा चलो यार शूटिंग करिए, बहुत याद आती है उसकी। मुनव्वर जरीफ 1975 में दिल के आर्जे में मुब्तला हुए और डॉक्टर ने इन्हें नाइट शिफ्ट में शूटिंग करने से मना कर दिया था, लेकिन उन पर काम का बोझ इतना था कि वो आराम ना कर सके और वो प्रोड्यूसर्स को नाराज भी नहीं करना चाहते थे। लेकिन बिल आखिर जब उनकी सेहत ज़्यादा बिगड़ गई तो उन्हें तकरीबन 1.5 माह घर में आराम करना पड़ा। मुनव्वर जरीफ ने 1961 से लेकर 1976 तक 15 वर्ष के कैरियर में तकरीबन 300 ज़ायद फिल्मों में अदाकारी के जौहर दिखाए। वो 29 अप्रैल 1976 को 36 वर्ष की उम्र में इस जहां से रुखसत हो गए। उस जमाने में नशरो अशात के वसाइल महदूद होने के बावजूद उनके इंतकाल की खबर आग की तरह फैल गई और उनके परस्तारों की एक बड़ी तादाद उनके घर जमा हो गई। उन जब हजूम में इजाफा होने लगा तो उनके अहले खाना ने दिए गए वक्त से पहले नमाज जनाजा अदा करने का फैसला किया। मुनव्वर जरीफ का जब इंतकाल हुआ तो उनकी 25 से ज़ायद फिल्में जेर तकमील थीं। उनके इंतकाल के बाद 16 फिल्मों की नमाइश हुई। इनकी एक फिल्म अंजाम मुकम्मल थी और इसकी नमाइश की तारीख पहले से दी जा चुकी थी और इस फिल्म की नमाइश उनके इंतकाल के अगले रोज 30 अप्रैल को हुई। फिल्म अंजाम कामयाबी से हमकरार ना हो सकी, लेकिन इसके बाद रिलीज होने वाली 15 फिल्मों में ज्यादातर फिल्में सुपरहिट साबित हुई। इनमें वारदात, मान जवानी दा, जेबुन निसा, चित्रा ते शेरा, उस्ताद शगीर, बदतमीज, अख लड़ी बदोबदी, गामा बीए, ठगा दे ठग, किलकिल मेरा ना, फ्रॉड, बेगुना, नया सूरज, मोहब्बत मर नहीं सकती और मेरा नाम राजा शामिल है। मेरा नाम राजा उनकी आखिरी फिल्म थी जो 24 मार्च 1978 को नुमाइश पजीर हुई। इनकी मशहूर फिल्मों में नमक हराम, शरीफ बदमाश, हीर रांझा,
रंगीला और मुनव्वर शरीफ, जापानी गुड्डी, ढोल सिपाही, दामन और चंगारी, चालबाज, मस्ताना माही, भरिया मेला, जिगरी यार और बहुत सी दूसरी शामिल हैं। मुनव्वर शरीफ की फनी खिदमात को हमेशा याद रखा जाएगा, वो आज भी अपने मदाहों के दिलों में जिंदा हैं। नाजरीन, ताहिर बुखारी को दीजिए इजाज़त, अगले प्रोग्राम में फिर मुलाकात होगी। अल्लाह निगेबान।